ਆ ਮਸ਼ੀਨ ਆ ਵੀ ਸੀਡਿੰਗ ਮਸ਼ੀਨ ਵੀ ਬੀਜਣ ਵਾਲੀ ਟਰੈਕਟਰ ਵੀ ਵੱਡਾ ਹੀ ਖਿੱਚਦਾ ਖੁੱਲੇ ਜਾਂਦੇ ਆ ਫਰਲੇ ਸਾਈਡ ਤੇ ਨੂੰ ਮਤਲਬ ਵੀ ਤਿੰਨ ਗੁਣਾ ਜਗ੍ਹਾ ਵੱਧ ਇਹ ਘੇਰਦੀ ਆ ਬੀਜਣ ਲਈ ਤੇ ਬੀ ਆਉਂਦਾ ਇੱਥੋਂ ਹੁਣ ਇਹ 'ਚ ਕੋਈ ਪ੍ਰੋਬਲਮ ਆ ਉਹ ਦੇਖਣੀ ਆ ਬੈਰੀਆਂ ਬੂਰੀਆਂ ਦੀ ਅਤੇ ਮੈਂ ਕਰਦਾ ਵੇਟ ਕਿਸੇ ਦੀ ਬੈਕ ਸਾਈਡ ਤੋਂ ਇੱਦਾਂ ਦੀ ਹੈ ਹਾਂ ਵੀ ਆਹ ਮਸ਼ੀਨ ਤੁਹਾਨੂੰ ਪਹਿਲਾਂ ਯਾਰ 'ਚ ਦਿਖਾਈ ਸੀ ਹੁਣ ਇਹ ਖੁੱਲ੍ਹ ਚੁੱਕੀ ਆ ਲਾਈਕ ਇੱਦਾਂ ਇੱਦਾਂ ਕੰਮ ਕਰਦੀ ਆ ਅਤੇ ਇਹਦੇ ਨਾਲ ਬੁਸ ਖਰਾਬ ਹੋ ਗਈ ਬੁਸ ਠੀਕ ਕਰਨੇ ਆ ਅਤੇ ਆਹ ਜਗ੍ਹਾ 'ਤੇ ਇੱਥੇ ਆਹ ਪਾਰਟ ਅਲੱਗ ਹੀ ਕਰਨਾ ਪੈਣਾ ਇਹਦਾ ਪਹਿਲਾਂ ਮੈਂ ਤੁਹਾਨੂੰ ਟਰੈਕਟਰ ਦਿਖਾ ਦਾਂ ਟਰੈਕਟਰ ਦਾ ਟਾਇਰ ਤਕਰੀਬਨ 6 ਫੁੱਟ ਆ ਇਕੱਲਾ ਟਾਇਰ ਇਹ ਹੈ ਜੀ ਜੌਨ ਡੀਅਰ ਦਾ ਟਰੈਕਟਰ 7200 ਜਹਾਜ਼ ਜਿੰਨੀਆਂ ਸੁੱਚਾਂ ਨੇ ਇਹਦੇ 'ਚ ਹੁਣ ਤੁਸੀਂ ਐਂ ਨਾ ਕਹਿੰਦੇ ਸੁੱਚਾਂ ਕਹੀ ਜਾਂਦੇ ਸਵਿੱਚ ਹੁੰਦੀ ਆ ਉਹਦਾ ਬੰਦਾ ਕੀ ਦੱਬੀ ਜਾਊ ਅਤੇ ਕੀ ਛੱਡੀ ਜਾਊ ਲਓ ਜੀ ਬੰਨ ਇੱਕ ਸਾਈਡ ਹਜੇ ਰਿਮੂਵ ਕੀਤੀ ਆ ਅਤੇ ਚੈੱਕ ਕਰਨਾ ਹਜੇ ਵੀ ਇੱਥੇ ਹੀ ਆ ਜਿਹੜੇ ਹੋਲ ਨੇ ਇਹਨਾਂ ਨੂੰ ਫਿਕਸ ਕਰ ਸਕਦੇ ਹਾਂ ਕਿ ਨਹੀਂ ਕਿਉਂਕਿ ਨਹੀਂ ਤਾਂ ਮਸ਼ੀਨ ਇੱਥੇ ਲਾ ਕੇ ਇਹਨਾਂ ਨੂੰ ਦੁਬਾਰੇ ਹੋਲ ਭਰ ਕੇ ਥੋੜ੍ਹੇ ਅਤੇ ਬੁਸ਼ ਲਾਏ ਜਾਣਗੇ ਇਹਦੇ 'ਚ ਨਹੀਂ ਤਾਂ ਫਿਰ ਇਹ ਸਾਰੀ ਦੀ ਸਾਰੀ ਨੂੰ ਉੱਥੇ ਵਰਕਸ਼ਾਪ 'ਚ ਲੈ ਕੇ ਜਾਣਾ ਪੈਣਾ ਜਿੱਥੇ ਤੱਕ ਮਸ਼ੀਨ ਦੀ ਗੱਲ ਹੈ ਆਹ ਜਿੱਥੇ ਬੀ ਪੈਂਦਾ ਗਾ ਆ ਪੱਖਾ ਜਿਹੜਾ ਅੰਦਰ ਪ੍ਰੈਸ਼ਰ ਬਣਾਉਂਦਾ ਗਾ ਉਹ ਪਾਈਪਾਂ ਤੁਹਾਨੂੰ ਪਤਾ ਹੀ ਆ ਜਿਹਨਾਂ ਰਾਹੀਂ ਬੀ ਜਾਂਦਾ ਅਤੇ ਆ ਪਲੇਟਾਂ ਜਿਹੜੀਆਂ ਨੇ ਇਹ ਬਣਾਉਂਦੀਆਂ ਨੇ ਖਾਲੇ ਪੋਰ ਬਣਾਉਂਦੀਆਂ ਨੇ ਆ ਦੋ ਵਾਲੀਆਂ ਅੱਗੇ ਦੋ ਵਾਲੀਆਂ ਪਲੇਟਾਂ ਨੇ ਇਹਨਾਂ ਰਾਹੀਂ ਬੀ ਜਾਂਦਾ ਅੱਗੇ ਟਾਇਰ ਸਪੋਰਟ ਲਈ ਅਤੇ ਆ ਪਿੱਛੇ ਜਿਹੜੇ ਯਾਨੀ ਕਿ ਪੋਰ ਨੂੰ ਭਰ ਦਿੰਦੇ ਆ ਬੀ ਦੇ ਉੱਤੇ ਮਿੱਟੀ ਪਾ ਦਿੰਦੇ ਆ ਇਹ 16 ਟਾਇਰ ਨੇ ਮੈਨੂੰ ਇਹਦਾ ਪਿੱਛੇ ਹੁਣ ਇਸ ਤੋਂ ਬਾਅਦ ਇੱਧਰਲੀ ਸਾਈਡ ਵੀ ਰਿਮੂਵ ਕਰਨੀ ਆ ਇੱਕ ਗੱਲ ਆਪਾਂ ਕਹਿ ਦਿੰਦੇ ਹਾਂ ਗੋਰੇ ਵਾਲੇ ਪਰਫੈਕਟਲੀ ਕੰਮ ਕਰਦੇ ਆ ਜਾਂ ਉੱਦਾਂ ਜਗਾੜ ਇਹ ਵੀ ਕਰਕੇ ਰੱਖਦੇ ਲੈ ਰੱਛੀ ਬੰਨੀ ਫਿਰਦੇ ਇਹਨੂੰ ਪਿੱਛੇ ਆ ਜਿਹੜਾ ਮਿੱਟੀ ਪਾਉਂਦਾ ਹੁੰਦਾ ਪੋਰਾਂ 'ਤੇ ਰੱਛੀ ਨਾਲ ਬੰਨ ਕੇ ਤਾਂ ਬੰਨ ਲੈਂਦੇ ਹੈਗੇ ਅਤੇ ਕਈ ਚੀਜ਼ਾਂ ਇਹਦੇ ਵੀ ਟੁੱਟੀਆਂ ਪਈਆਂ ਨੇ ਇੱਥੇ ਸਾਰੇ ਜਗਾੜ ਜੇ ਕੀਤੇ ਪਏ ਆ ਕਈ ਜਗ੍ਹਾ 'ਤੇ ਹਾਂਜੀ ਇਸ ਮਸ਼ੀਨ ਦੇ ਕੀ ਗੱਲ ਹੋਈ ਇਹਨੇ ਬੁਸ ਵੜਤੇ ਜਿਹੜੇ ਆ ਸਾਰੀ ਇੱਕ ਸਾਈਡ ਨੂੰ ਓਪਰੇਟ ਕਰਦੇ ਆ ਅਤੇ ਨਾਲੇ ਵੜਤੀਆਂ ਪਿੰਨਾਂ ਕਿਉਂਕਿ ਇਹਨਾਂ ਨੇ ਗ੍ਰੇਸ ਗਰੂਸ ਨਹੀਂ ਦਿੱਤਾ ਤਾਂ ਕਰਕੇ ਹੁਣ ਇਹਨੂੰ ਸਾਈਡ 'ਤੇ ਕਰਕੇ ਅਤੇ ਇਹਦੇ ਬੁਸ ਅਤੇ ਪਿੰਨਾਂ ਫਿਕਸ ਕੀਤੀਆਂ ਜਾਣਗੀਆਂ ਅਤੇ ਆਹ ਦਾਸ ਨੇ ਬਿਲਡਿੰਗ ਕੀਤੀ ਆ ਹਾਹਾ ਪਾਹਾ ਵੜਤਾ ਪਰ ਇਹਦੇ ਉੱਤੇ ਬੁਸ ਲੱਗ ਜਾਣਾ ਅਤੇ ਉਹਨੂੰ ਬੁਸ ਨੂੰ ਇਹਦੇ ਨਾਲ ਹੀ ਬਿਲਡ ਕਰ ਦੇਣਾ ਅਤੇ ਇਹਦੇ ਉੱਤੇ ਇੱਕ ਹੋਰ ਬੁਸ ਚੜੂਗਾ ਡਬਲ ਬੁਸ ਆਹ ਕਿਉਂਕਿ ਆ ਸਾਰਾ ਅੰਦਰੋਂ ਚੇਂਜ ਕਰਨਾ ਪੈਣਾ ਓਕੇ ਜੀ ਇੰਜੋਏ ਬਾਏ ਬਾਏ